ਇਹ ਗੱਲ ਕਰੀਏ ਸਰਕਾਰ ਦੇ ਵਾਅਦਿਆਂ ਦੀ ਸਰਕਾਰ ਨੇ ਤਾਂ ਵਾਅਦਾ ਇਹ ਵੀ ਕੀਤਾ ਸੀ ਗੁਟਕਾ ਸਾਹਿਬ ਆਪਣੇ ਹੱਥ 'ਚ ਫੜ ਕੇ ਅਸੀਂ ਘਰ-ਘਰ ਨੌਕਰੀ ਦੇਵਾਂਗੇ ਅਸੀਂ ਨਸ਼ੇ ਬੰਦ ਕਰਦੇਾਂਗੇ ਪਰ ਹਾਲਾਤ ਕੀ ਹੋਇਆ ਨੌਕਰੀ ਮੰਤਰੀਆਂ ਸੰਤਰੀ ਦੇ ਬੇਟਾਂ ਨੂੰ ਦਿੱਤੀ ਜਾ ਰਹੀ ਹੈ ਘਰ-ਘਰ ਨੌਕਰੀ ਜਗ੍ਹਾ ਦੇਣ ਦੀ ਜਗ੍ਹਾ ਘਰ-ਘਰ ਨਸ਼ਾ ਪਹੁੰਚ ਚੁੱਕਿਆ ਸ਼ਸ਼ੀ ਕਾਜੀ ਤੁਸੀਂ ਦੇਖ ਰਹੇ ਹੋ ਅਜੀ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ ਅੱਜ ਪੀਆਰਟੀਸੀ ਅਤੇ ਪਨ ਬਸ ਦੇ ਕੱਚੇ ਕੰਮਾਂ ਬਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਦੀਆਂ ਲਟਕਦੀਆਂ ਹੋਈਆਂ ਮੰਗਾ ਨੂੰ ਲੈ ਕੇ ਜਿਹੜੇ ਸਰਕਾਰ ਵੱਲੋਂ ਕੋਈ ਉਕਤ ਪ੍ਰਬੰਧ ਨਹੀਂ ਕੀਤੇ ਗਏ ਕੋਈ ਕਦਮ ਨਹੀਂ ਚੁੱਕੇ ਗਏ ਇਹਨਾਂ ਦੀ ਜਿਹੜੀ ਸਰਕਾਰ ਸਿੱਗੀ ਉਹਨਾਂ ਨੂੰ ਪੂਰੇ 5 ਸਾਲ ਹੋਣ ਜਾ ਰਿਹਾ ਕਿਉਂਕਿ ਇਹਨਾਂ ਨੇ ਸਰਕਾਰ ਦੇ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕੱਚੇ ਕੰਮੈ ਨੂੰ ਪੱਕਾ ਕੀਤਾ ਜਾਵੇਗਾ ਪਰ ਅੱਜ ਤੱਕ ਇਹਨਾਂ 'ਚੋਂ ਇੱਕ ਕੰਮਾਂ ਵੀ ਪੱਕਾ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਇਹਨਾਂ ਵੱਲੋਂ ਹੜਤਾਲਾਂ ਵੀ ਕੀਤੀਆਂ ਗਈਆਂ ਅਤੇ ਚੱਕਾ ਜਾਮ ਵੀ ਕੀਤਾ ਗਿਆ ਕਈ ਵਾਰੀ ਪਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕ ਰਹੀ ਇਸ ਨੂੰ ਲੈ ਕੇ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਆਪਾਂ ਗੱਲ ਕਰਦੇ ਹਾਂ ਵੀ ਅਗਲਾ ਪ੍ਰਦਰਸ਼ਨ ਇਹਨਾਂ ਦਾ ਕੀ ਹੋਊਗਾ ਕਿਸ ਤਰ੍ਹਾਂ ਦਾ ਹੋਊਗਾ ਸਸੀ ਕਾਵਿ ਜੀ ਸਸੀ ਕਾਵਿ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਤਰਸੀਮ ਸਿੰਘ ਆ ਮੈਂ ਜਰਨਲ ਸੈਕਟਰੀ ਆ ਪਣ ਬਸ ਜੁਨਨ ਸ਼੍ਰੀ ਮੁਖਸਰ ਸਾਹਿਬ ਤੋਂ ਕੀ ਕਹਿਣਾ ਚਾਹੂੰਗਾ ਅੱਜ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਅੱਜ ਦੀਆਂ ਪ੍ਰੈਸ ਕਾਨਫਰੰਸਾਂ ਦਾ ਜਿਹੜਾ ਸਾਡੀ ਸਟੇਟ ਕਮੇਟੀ ਵੱਲੋਂ ਹੁਕਮ ਹੋਇਆ ਸੀਗਾ ਕਿਉਂਕਿ ਪਹਿਲਾਂ ਅਸੀਂ ਅਲੱਗ-ਅਲੱਗ ਤੌਰ ਤੇ ਲੜਾਈ ਲੜ ਰਹੇ ਸੀ ਜਿਵੇਂ ਪੰਜਾਬ ਰੋਡਵੇ ਪਣ ਬੱਸ ਕੰਟਰੈਕਟ ਵਰਕ ਯੂਨੀਅਨ ਪੰਜਾਬ ਅਲੱਗ ਲੜਾਈ ਲੜਦੀ ਸੀ ਤੇ ਪੀਆਰਟੀਸੀ ਜਿਹੜੇ ਸਾਥੀ ਸੀ ਉਹ ਅਲੱਗ ਲੜਾਈ ਲੜਦੇ ਸੀਗੇ ਹੁਣ ਜਦੋਂ ਅਸੀਂ ਇਹ ਸਾਡੀ ਸੋਚ ਆਈ ਸਾਡੇ ਦਿਮਾਗ ਦੇ ਵਿੱਚ ਕਿ ਸਾਡੇ ਮਹਿਕਮੇ ਇੱਕ ਆ ਅਸੀਂ ਲੋਕ ਸੇਵਾ ਵਾਸਤੇ ਕੰਮ ਕਰਦੇ ਆ ਤਾਂ ਸਾਡੀ ਜਿਹੜੀ ਲੜਾਈ ਉਹ ਵੀ ਇੱਕ ਆ ਸਾਡੇ ਮਹਿਕਮੇ ਬਚਾਉਣ ਦੀ ਲੜਾਈ ਆ ਆਪਣੇ ਰੋਜ਼ਗਾਰ 18 ਦੀਪੂ ਜਿਹੜੇ ਪਣ ਬਸਦੇ ਆ 9 ਦੀਪੂ ਪੀਆਰਟੀਸੀ ਦੇ ਆ ਅਸੀਂ 27 ਦੀਪੂ ਇਕੱਠੇ ਹੋ ਕੇ ਲੜਾਈ ਲੜ ਰਹੇ ਆ ਇਹ ਸਟੇਟ ਕਮੇਟੀ ਦਾ ਹੁਕਮ ਹੋਇਆ ਸੀਗਾ ਕਿ ਅਸੀਂ ਪਿਛਲੇ 15 ਸਾਲ ਤੋਂ ਲੋਕ ਭੜਾਈ ਹੈ ਤੇ ਲੋਕ ਸੇਵਾ ਹੈ ਤੇ ਸਰਕਾਰੀ ادارਿਆਂ ਦੇ ਵਿੱਚ ਕੰਮ ਕਰ ਰਹੇ ਆ ਪਰ 15 ਸਾਲ ਤੋਂ ਸਾਡੀ ਜਿਹੜੀ ਮੰਗਾਂ ਅਸੀਂ ਜਦੋਂ ਭਰਤੀ ਹੋਏ ਆ ਮੁਲਾਜ਼ਮ ਜਿਨ੍ਹਾਂ ਦੀ ਗਿਣਤੀ ਤਕਰੀਬਨ 8 ਕਹ ਹਜ਼ਾਰ ਦੇ ਕਰੀਬ ਹੈ ਇਸੇ ਉਮੀਦ ਨਾਲ ਭਰਤੀ ਹੋਏ ਸੀ ਕਿ ਚਲੋ ਸਾਲ ਦੋ ਸਾਲ ਬਾਅਦ ਜਿਹੜਾ ਸਾਡਾ ਰਜਗਾਰ ਪੱਕਾ ਹੋ ਜਾਣਾ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮਹਿਕਮੇ ਦੇ ਜਿਹੜੇ ਹਾਲਾਤ ਆ ਉਹ ਵੱਧ ਤੋਂ ਵੱਧਤਰ ਹੁੰਦੇ ਗਏ ਜੇ ਅੱਜ ਆਪਾਂ ਮਹਿਕਮੇ ਦੀ ਗੱਲ ਕਰੀਏ ਤਾਂ ਸਾਡੇ ਬੱਸਾਂ ਦੇ ਕੋਲ ਸਪੇਅਰ ਪਾਰਟ ਹੈ ਨਹੀਂ ਬੱਸਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਆਮ ਇੱਕ ਪੜ੍ਹਿਆ ਲਿਖਿਆ ਜਿਹੜਾ ਵਰਗ ਆ ਜਾਂ ਉਹ ਬੱਸ ਤੇ ਸਫ਼ਰ ਕਰਨ ਨੂੰ ਇਰੇਜ ਕਰਦਾ ਮੁੱਖ ਮੰਗਣ ਇਹ ਹੈ ਕਿ ਜਿਹੜੇ ਕੱਚੇ ਮੁਲਾਜ਼ਮਾਂ ਜਿਹੜੇ ਅਸੀਂ 13-14 ਸਾਲ ਤੋਂ ਕੰਮ ਕਰ ਰਹੇ ਆ ਔਰ ਤਨਖਾਹ ਕਿੰਨੀ ਹੈ ਕੰਡਕਟਰ ਦੀ ਤਨਖਾਹ 11000 ਰੁਪਏ ਡਰਾਈਵਰ ਦੀ 12000 ਤੇ ਅਸੀਂ ਇਹਦੇ ਵਾਸਤੇ 49 ਦਿਨ ਦੀ ਹੜਤਾਲ ਵੀ ਕੀਤੀ ਹੋਈ ਹੈ ਇਹਦੇ ਵਾਸਤੇ ਅਸੀਂ ਸਬ ਕਮੇਟੀ ਦੇ ਜਿਹੜੇ ਮੰਤਰੀ ਸਾਹਿਬਾਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਬੈਠੇ ਹੋਏ ਆ ਪਿਆ ਇੱਕ ਮਹੀਨਾ ਲਗਾਤਾਰ ਵੀ ਹੜਤਾਲ ਕੀਤੀ ਹੋਈ ਹੈ ਗੇਟ ਰੈਲੀਆਂ ਤੇ ਪ੍ਰੈਸ ਕਾਨਫਰੰਸਾਂ ਦਾ ਤਾਂ ਅਸੀਂ ਗਿਣਤੀ ਨਹੀਂ ਦੱਸ ਸਕਦੇ ਕਿੰਨੀ ਵਾਰ ਕੀਤੀਆਂ ਪਰ ਜਿਹੜੀ ਸਰਕਾਰ ਦੀ ਸਥਿਤੀ ਹੈ ਮੁਲਾਜ਼ਮ ਵਰਗ ਨੂੰ ਲੈ ਕੇ ਉਹ ਜਿਉਂਦੀ ਤਿਉਂ ਵਰਕਰਾਰ ਆ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸਾਂ ਕੀਤੀਆਂ ਸਾਡੀਆਂ ਇਹੀ ਮੇਨ ਮੰਗਾਂ ਨੇ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਨੰਬਰ 2 ਤੇ ਪੰਜਾਬ ਦੇ ਲੋਕਾਂ ਨੂੰ ਵਧੀਆ ਸਫਰ ਸਹੂਲਤ ਦੇਣ ਵਾਸਤੇ ਘੱਟੋ ਘੱਟ 10000 ਜਿਹੜੀ ਨਵੀਂ ਬੱਸ ਹੈ ਉਹ ਰੋਡਵੇਜ ਪਣ ਵਾਸਤੇ ਪੀਆਰਟੀਸੀ ਦੇ ਢੇੜੇ ਦੇ ਵਿੱਚ ਪਾਈ ਜਾਵੇ ਨੰਬਰ 3 ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ 2016 ਦੇ ਵਿੱਚ ਬਰਾਬਰ ਕੰਮ ਬਰਾਬਰ ਤਰਖਾ ਦਾ ਉਹਨੂੰ ਫੌਰਨ ਲਾਗੂ ਕੀਤਾ ਜਾਵੇ ਤੇ ਅਗਲੀ ਮੰਗ ਸੀਗੀ ਕਿ ਜਿਹੜੇ ਵੀ ਵਿਭਾਗਾਂ ਦੇ ਵਿੱਚੋਂ ਚਾਹੇ ਪਣਵਾਸੀ ਜਾਂ ਪੀਆਰਟੀਸੀ ਦੇ ਵਿੱਚ ਜਿਹੜੇ ਮੁਲਾਜ਼ਮਾਂ ਨੂੰ ਡਿਊਟੀ ਤੋਂ ਕੱਢਿਆ ਗਿਆ ਉਹ ਮਾਮੂਲੀ ਉਹਨਾਂ ਕੋਈ 10 ਜਾਂ 20 ਰੁਪਏ ਦੇ ਕੋਈ ਫਰਾਡ ਦੇ ਗਵਨ ਦੇ ਵਿੱਚ ਉਹਨਾਂ ਨੂੰ ਡਿਊਟੀ ਤੋਂ ਕੱਢਿਆ ਗਿਆ ਉਹਨਾਂ ਨੂੰ ਤੁਰੰਤ ਡਿਊਟੀ ਤੇ ਬਹਾਲ ਕੀਤਾ ਜਾਵੇ ਤੇ ਜਿਹੜਾ ਮਹਿਕਮਾ ਨੂੰ ਚੱਲਦਾ ਰੱਖਣ ਵਾਸਤੇ ਸਰਕਾਰ ਜੋਗ ਉਪਰਾਲੇ ਕਰੇ ਇਹ ਨਹੀਂ ਕਿ ਜੇ ਪ੍ਰਾਈਵੇਟ ਟਰਾਂਸਪੋਰਟ ਦੀ ਜਿਹੜੀ ਮੰਤਰੀ ਆਪ ਇਹ ਕਾਬਜ ਜਿਹੜੇ ਮੌਜੂਦਾ ਮੰਤਰੀ ਹੈ ਇਹਨਾਂ ਦੀ ਆਪ ਦੀ ਬਹੁਤ ਵੱਡੀ ਇੱਕ ਟਰਾਂਸਪੋਰਟ ਦਾ ਇਹ ਮਾਫੀਆ ਚਲਾ ਰਹੇ ਆ ਇਹ ਇਹ ਸਿਰਫ ਇਨਾਂ ਸਰਕਾਰੀ ਧਾਰਿਆਂ ਨੂੰ ਬੰਦ ਕਰਕੇ ਨਿੱਜੀ ਮਨਾਫੇ ਵਾਸਤੇ ਇਹ ਮਲਾਜਮਾਂ ਨੂੰ ਕੱਚਾ ਰੱਖ ਰਿਹਾ ਜਾਂ ਇਹਨਾਂ ਦਾ ਆਰਥਿਕ ਤੇ ਮਾਨਸਿਕ ਤੌਰ ਤੇ ਠੇਕੇਦਾਰ ਕੰਪਨੀਆਂ ਨਾਲ ਮੀਨੀ ਭੁਗਤ ਕਰ ਜਦੋਂ ਸਰਕਾਰ ਸਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ ਉਦੋਂ ਇਹਨਾਂ ਨੇ ਕਿਹਾ ਸੀ ਵੀ ਕੱਚੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਪੱਕੇ ਕਰਾਂਗੇ ਪਰ ਪੂਰੇ 5 ਸਾਲ ਹੋਣ ਜਾ ਰਹੇ ਹੈਗੇ ਅਜੇ ਤੱਕ ਕਿੰਨੇ ਕੁ ਥੋੜੇ ਪੱਕੇ ਕਰਤੇ ਇਹਦੇ ਵਿੱਚ ਮੁਲਾਜ਼ਮ ਦਾ ਕੋਈ ਪੱਕਾ ਹੋਇਆ ਨਹੀਂ ਮੁਲਾਜ਼ਮ ਕਿਹੜੇ ਪੱਕੇ ਹੋਇਆ ਜੇ ਕੋਈ ਸਰਕਾਰੀ ਡਿਊਟੀ ਦੌਰਾਨ ਕਿਸੇ ਕੋਈ ਪੁਲਿਸ ਮੁਲਾਜ਼ਮ ਦਾ ਕੋਈ ਹੱਥ ਕੱਟਿਆ ਗਿਆ ਤਾਂ ਉਹਦੇ ਬੇਟੇ ਨੂੰ ਨੌਕਰੀ ਮਿਲ ਜਾਂਦੀ ਹੈ ਜਾਂ ਕਿ ਸੋ ਕਿ ਮੰਤਰੀ ਸੰਤਰੀ ਜੀ ਦੇ ਬੇਟੇ ਨੂੰ ਕੋਈ ਡੀਐਸਪੀ ਜਾਂ ਤਹਿਸੀਲਦਾਰ ਦੇ ਉਹਦਰਾ ਨਵਾਜ ਆ ਜਾਂਦਾ ਹੈ ਜਿਨ੍ਹਾਂ ਦਾ ਜਿਹੜਾ ਇਹਨਾਂ ਦਾ ਆਪ ਦਾ ਕੋਟਾ ਇਹਨਾਂ ਨੇ ਉਹੀ ਸੇਵ ਰੱਖਣਾ ਜੇ ਪੰਜਾਬ ਦੇ ਲੋਕਾਂ ਨੂੰ ਸਫ਼ਰ ਸਹੂਲਤ ਮਿਲਦੀ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਔਰਤਾਂ ਦਾ ਸਫ਼ਰ ਫਰੀ ਕੀਤਾ ਸ਼ਾਇਦ ਆਜ਼ਾਦੀ ਤੋਂ ਬਾਅਦ ਕੋਈ ਪਹਿਲਾ ਵਧੀਆ ਕੰਮ ਕੀਤਾ ਸਰਕਾਰ ਨੇ ਜਾਂ ਵਿੱਤ ਮੰਤਰੀ ਨੇ ਕੀਤਾ ਅਸੀਂ ਉਹਦੇ ਫੈਸਲਾ ਸਵਾਗਤ ਕਰਦੇ ਹਾਂ ਕਿ ਪੰਜਾਬ ਦੀਆਂ ਬੀਬੀਆਂ ਪੈਣਾ ਮਹਾਲਾਵਾ ਨੂੰ ਫਿਰ ਸਫ਼ਰ ਦਿੱਤਾ ਗਿਆ ਪਰ ਉਹਦੇ ਨਾਲ ਇਹ ਵੀ ਦੱਸਣਾ ਬਣਦਾ ਕਿ ਸਾਡੇ ਕੋਲ ਜਿਹੜੀ ਸਰਕਾਰੀ ਬੱਸਾਂ ਦੀ ਗਿਣਤੀ ਹੈ ਉਹ ਸਿਰਫ 1000 ਤੋਂ 1100 ਤੱਕ ਹੈ ਤੇ ਇਸ ਇਸ ਦੇ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਜਿਹੜੀ ਸਫ਼ਰ ਸਹੂਲਤਾਂ ਜਿਨ੍ਹਾਂ ਸਰਕਾਰੀ ਸਾਡੀਆਂ ਬੱਸਾਂ ਪੈਪਸੂਆ ਕਹੜੀ ਸਾਰਾ ਕੈਟਾਗਰੀਆਂ ਫ੍ਰੀ ਸਫਰ ਕਰਦੇ ਆ ਸਾਡੀਆਂ ਬੱਸਾਂ ਦੇ ਵਿੱਚ ਤੇ ਪਰ ਸਾਡੇ ਕੋਲੇ ਪੂਰੇ ਪੰਜਾਬ ਦੇ ਵਿੱਚ ਬੱਸਾਂ ਦੀ ਗਿਣਤੀ 1300 ਹੈ ਤੇ ਇਸੇ ਕਰਕੇ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੀਆਂ ਨਵੀਆਂ ਬੱਸਾਂ ਪਾਈਆਂ ਜਾਣ ਬਾਕੀ ਗੱਲ ਕਰੀਏ ਸਰਕਾਰ ਦੇ ਵਾਅਦਿਆਂ ਦੀ ਸਰਕਾਰ ਨੇ ਤਾਂ ਵਾਅਦਾ ਇਹ ਵੀ ਕੀਤਾ ਸੀ ਗੁਟਕਾ ਸਾਹਿਬ ਆਪਣੇ ਹੱਥ 'ਚ ਫੜ ਕੇ ਅਸੀਂ ਘਰ-ਘਰ ਨੌਕਰੀ ਦੇਵਾਂਗੇ ਅਸੀਂ ਨਸ਼ੇ ਬੰਦ ਕਰਦੇ ਆਂਗੇ ਪਰ ਹਾਲਾਤ ਕੀ ਹੋਇਆ ਨੌਕਰੀ ਮੰਤਰੀਆਂ ਸੰਤਰੀ ਦੇ ਬੇਟਾਂ ਨੂੰ ਦਿੱਤੀ ਜਾ ਰਹੀ ਹੈ ਘਰ-ਘਰ ਨੌਕਰੀ ਜਗ੍ਹਾ ਦੇਣ ਦੀ ਜਗ੍ਹਾ ਘਰ-ਘਰ ਨਸ਼ਾ ਪਹੁੰਚ ਚੁੱਕਿਆ ਔਰ ਜਿਹੜੇ ਪੰਜਾਬ ਦੇ ਵਿੱਚ ਦਿਨ-ਬਦਨ ਜਿਹੜੇ ਬਲਾਤਕਾਰ ਦੀਆਂ ਨਸ਼ੇ ਨਾਲ ਸਿੱਧੀ ਸਰਕਾਰ ਵਾਸਤੇ ਹੀ ਹੈ ਕਿ ਜਿੰਨੇ ਵੀ ਮਲਾਜ਼ਮ ਵਿਭਾਗ ਦੇ ਵਿੱਚ ਕੰਮ ਕਰਦੇ ਆ ਠੇਕੇਦਾਰ ਸਿਸਟਮ ਤਹਿਤ ਜਾਂ ਆਊਟਸੋਰਸ ਕੰਟਰੈਕਟ ਤਹਿਤ ਕਲੀਏ ਹਰ ਰੋਜ਼ ਪਟਿਆਲੇ ਦੇ ਵਿੱਚ ਲਾਠੀ ਚਾਰਜ ਕੀਤਾ ਜਾਂਦਾ ਕੱਲ ਵੀ ਪਟਿਆਲੇ ਦੇ ਵਿੱਚ ਲਾਠੀ ਚਾਰਜ ਕੀਤਾ ਗਿਆ ਪਰਸੋ QSF ਦੇ ਅਧਿਆਪਕਾਂ ਦੇ ਖਿਲਾਫ ਲਾਠੀ ਚਾਰਜ ਹੋਇਆ ਸੋ ਪਟਿਆਲਾ ਸ਼ਹਿਰ ਜਿਹਦੀ ਇੱਕ ਸਰਕਾਰੀ ਜਿਹੜਾ ਉੱਥੇ ਸ਼ਾਹੀ ਮਹਿਲ ਬਣਿਆ ਹੋਇਆ ਜਿੱਦੇ ਸਾਡੇ ਸੀਐਮ ਸਾਹਿਬ ਦਾ ਨਿਵਾਸ ਹੈ ਜੇ ਉੱਥੇ ਕੋਈ ਆਪਦਾ ਹੱਕ ਮੰਗਣ ਜਾਂਦਾ ਉਹ ਚਾਹੇ ਸਾਡੀ ਬੀਬੀ ਆ ਚਾਹੇ ਸਾਡੀ ਭੈਣ ਆ ਸਾਡੇਆਂ ਧੀਆਂ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਤੂ ਤੂ ਕੇ ਸੜਕਾਂ ਤੇ ਕੁੱਟਿਆ ਜਾਂਦਾ ਤੇ ਇਹਦੇ ਅਸੀਂ ਸਰਕਾਰ ਤੋਂ ਕੁਝ ਹੋਰ ਉਮੀਦ ਨਹੀਂ ਕਰ ਸਕਦੇ ਜਿਹੜੀ ਸਰਕਾਰ ਆ ਅਸੀਂ ਇਹੀ ਕਹਿ ਸਕਦੇ ਹਾਂ ਅੱਜ ਤੱਕ ਜਿਹੜਾ 4.5 ਸਾਲ ਦਾ ਇਹਨਾਂ ਦਾ ਕਾਰਜਕਾਲ ਭਵੇਂ ਕਾਂਗਰਸ ਸਰਕਾਰ ਦਾ ਕਹ ਲਈਏ ਇਸ ਤੋਂ ਪਹਿਲਾਂ ਕਾਂਗਰਸ ਅਕਾਲੀ ਦਲ ਦਾ ਸੀਗਾ ਤਾਂ ਹੁਣ ਅਗਲੀ ਵੀ ਚੋਣਾਂ ਆਉਣ ਵਾਲੀਆਂ ਇਹ ਸਿਰਫ ਇੱਕ ਝੁਮਲੇਬਾਜ਼ੀ ਹੈ ਲੋਕਾਂ ਨੂੰ ਆਪਦੇ ਵੱਲ ਖਿੱਚਣ ਵਾਸਤੇ ਸਰਕਾਰ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਹੈ ਪਰ ਅੱਜ ਮੌਜੂਦਾ ਹਾਲਾਤ ਜਿਹੜੀ ਸਰਕਾਰ ਹੈ ਉਹ ਆਪਦੇ ਹਰ ਫਰੰਟ ਤੇ ਹਰ ਮੈਨੀਫੈਸਟੋ ਨੂੰ ਲੈ ਕੇ ਆ ਉਹ ਬਿਲਕੁਲ 101% ਫੇਲ ਮੰਨਦੇ ਆ ਸੀ ਕਰੋਨਾ ਮਹਾਮਾਰੀ ਆਈ ਸੀਗੀ ਉਸ ਚ ਕਰੋਨਾ ਯੋਧਿਆਂ ਨੂੰ ਮਤਲਬ ਕਿ ਪਹਿਲ ਦੇ ਅਧਾਰ ਤੇ ਰੱਖਿਆ ਹੋਇਆ ਸੀ ਉਹਨਾਂ ਨੂੰ 50 ਲੱਖ ਮੁਆਵਜ਼ਾ ਮਿਲੇਗਾ ਜੇ ਕਿਸੇ ਦਾ ਨੁਕਸਾਨ ਹੋ ਜਾਂਦਾਗਾ ਤੇ ਹੋਰ ਸਹੂਲਤਾਂ ਮਿਲਣੀਆਂ ਸੋਡੇ ਡਰਾਈਵਰ ਕਨੈਕਟਰ ਵੀ ਬਾਹਰ ਛੱਡਣ ਗਏ ਹੈਗੇ ਜਿਹੜੇ ਲੇਬਰ ਨੂੰ ਛੱਡਣ ਗਏ ਉਹਨ ਕਿ ਸਾਨੂੰ ਹੋ 50 ਲੱਖ ਰੁਪਇਆ ਕਿਸੇ ਨੂੰ ਮਿਲਿਆ ਜਾਂ ਕੋਈ ਹੋਰ ਸਹੂਲਤਾਂ ਮਿਲ ਗਈ। ਇਹ ਸਿਰਫ ਜਿਹੜਾ ਸਰਕਾਰ ਦਾ ਫੈਸਲਾ 50 ਲੱਖ ਦਾ ਆ ਇਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ। ਅਸੀਂ ਬੱਸਾਂ ਦੇ ਵਿੱਚ 24 ਘੰਟੇ ਡਿਊਟੀ ਕਰਦੇ ਆਂ। ਅਸੀਂ ਹਜੂਰ ਸਾਹਿਬ ਨਦੇੜ ਸਾਹਿਬ ਤੱਕ ਗੰਗਾ ਨਗਰ ਮਹਾਰਾਸ਼ਟਰ ਤੱਕ ਅਸੀਂ ਆਪਣੀਆਂ ਬੱਸਾਂ ਵਿੱਚ ਕੋਰੋਨਾ ਪੋਜ਼ਿਟਿਵ ਤੇ ਕੋਰੋਨਾ ਨੈਗੇਟਿਵ ਨੂੰ ਸਫ਼ਰ ਕਰਵਾਇਆ। ਦਿਨ ਰਾਤ ਡਿਊਟੀ ਕੀਤੀ ਹੈ। ਉਹਨਾਂ ਨੂੰ ਛੱਡ ਕੇ ਹੋਣ ਤੋਂ ਬਾਅਦ ਸਾਨੂੰ 15 ਦਿਨ ਵਾਸਤੇ ਇਕਾਂਤ ਵਸ ਕੀਤਾ ਜਾਂਦਾ ਸੀਗਾ। ਔਰ ਇਕਾਂਤ ਵਸ ਦੌਰਾਨ ਜਿਹੜਾ ਸਾਨੂੰ ਖਾਣਾ ਮਿਲਦਾ ਸੀ ਜਾਂ ਜਿਹੜੇ ਸਾਨੂੰ ਕੋਈ ਉੱਥੋਂ ਦੇ ਹ ਸਾਥੀ ਜਿਹੜੀ ਮੌਤ ਵੀ ਹੋਈ ਆ ਉਹਦੇ ਵਾਸਤੇ ਅਸੀਂ ਮੁਆਵਜ਼ੇ ਦੀ ਮੰਗ ਵੀ ਕੀਤੀ ਆ ਪਰ ਸ਼ਾਇਦ ਕੋਈ ਇੱਕ ਅੱਧਾ ਕੇਸ ਤਾਂ ਬੇਸ਼ੱਕ ਹੋਵੇ ਜਿਹਨੂੰ ਸਰਕਾਰ ਨੇ ਕੋਈ 5-4 ਲੱਖ ਰੁਪਏ ਦੀ ਮਾਲੀਮਤ ਦਿੱਤੀ ਹੋਵੇ ਸਿਰਫ ਇੱਕ ਕੇਸ ਆਇਆ ਸੀਗਾ ਪਟਿਆਲਾ ਡਿੱਪੂ ਦਾ ਸ਼ਹਿਲ ਸੀ ਸਾਥੀਓ ਪੀਆਰਡੀਸੀ ਬਸ ਦੋਨੋਂ ਮਿਲਿਆ ਸੀਗਾ ਪਰ ਹਾਲੇ ਤੱਕ ਸਰਕਾਰ ਵੱਲੋਂ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਸਾਡੇ ਸਾਥੀ ਉਮੀਦ ਪ੍ਰਧਾਨ ਜਲੰਧਰ ਡਿੱਪੂ ਦੇ ਸੀਗੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਉਹਨਾਂ ਦੀ ਕਰੋਨਾ ਕਾਲ ਦੌਰਾਨ ਡੈਥ ਹੋਈ ਹੈ ਅਸੀਂ ਪਹਿਲੇ ਫਰੰਟ ਦੇ ਕੰਮ ਕੀਤਾ ਪਰ ਸਰਕਾਰ ਦੇ ਇਹੀ ਸਾਨੂੰ ਉਮੀਦ ਸੀਗੀ ਕਿ ਹਾਂ ਅਸੀਂ ਹਰ ਵੇਲੇ ਜਿਵੇਂ ਫੌਜ ਸਾਡੀ ਬਾਰਡਰ ਤੇ ਜੰਗ ਲੜਨ ਦੇ ਵਾਸਤੇ ਤਿਆਰ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਸਤੇ ਸਫਰ ਸਹੂਲਤ ਵਾਸਤੇ ਉਹਨਾਂ ਨੂੰ ਕਰੋਨਾ ਦੇ ਸਖਤ ਜਦੋਂ ਲੋਕ ਆਪਣੇ ਘਰਾਂ 'ਚ ਕੈਦ ਸੀਗੇ ਅਸੀਂ ਉਸ ਟਾਈਮ ਵੀ ਡਿਊਟੀ ਕਰੀ ਆ ਸਿਰਫ ਇਸ ਕਰਕੇ ਕਿ ਸ਼ਾਇਦ ਸਰਕਾਰ ਸਾਡੇ ਦੇ ਤਰਸ ਕਰਕੇ ਸਾਡੇ ਹਾਲਾਤਾਂ ਨੂੰ ਵੇਖਦੇ ਹੋਏ ਅਸੀਂ ਆਪਣੀ ਜਾਨ ਨਾਲ ਖੇਡ ਕੇ ਲੋਕਾਂ ਦੀ ਹਫਾਜ਼ਤ ਕਰਕੇ ਨਦੇੜ ਸਾਹਿਬ ਤੋਂ ਮਹਾਰਾਸ਼ਟਰ ਤੋਂ ਰਾਜਸਥਾਨ ਤੋਂ ਸਵਾਰੀਆਂ ਨੂੰ ਇਧਰ-ਉਧਰ ਆਪਣੀ ਮੰਜ਼ਿਲ ਤੇ ਘਰਾਂ ਤੱਕ ਪਹੁੰਚਾਇਆ ਸ਼ਾਇਦ ਸਰਕਾਰ ਦਾ ਰਵਈਆ ਸਾਡੇ ਪ੍ਰਤੀ ਬਦਲ ਜਾਵੇ ਪਰ ਹਾਲਾਤ ਬਿਲਕੁਲ ਉਲਟ ਹੋਏ ਆ ਜਿੰਨੀ ਸਖਤ ਅਸੀਂ ਡਿਊਟੀ ਕਰ ਰਹੇ ਆ ਸਰਕਾਰ ਸ਼ਾਇਦ ਉਹਨਾਂ ਹੀ ਸਾਡੇ ਵਰਕਲੋਡ ਹੋ ਰਹੀ ਆ ਸਾਡੀਆਂ ਬੱਸਾਂ ਦੇ ਜਿਹੜੇ ਹਾਲਾਤ ਡਿੱਪੂਆਂ ਦੇ ਕਹਿ ਲਈਏ ਸਾਡੀਆਂ ਬੱਸਾਂ ਸੈਨੀਟਾਈਜ਼ਰ ਨਹੀਂ ਹੋ ਰਹੀਆਂ ਸਾਡੇ ਡਰਾਈਵਰ ਸਟਾਫ ਨੂੰ ਮਾਸਕ ਗਲਵਜ਼ ਸੈਨੀਟ ਤਾਂ ਅਸੀਂ ਕਿਸ ਕੀ ਉਮੀਦ ਕਰੀਏ ਆਪਣੇ ਡਿਪਾਰਟਮੈਂਟ ਆਪਣੀ ਸਰਕਾਰ ਤੋਂ ਕਿ ਇਹ ਸਾਡੀ ਸਾਡੇ ਭਵਿੱਖ ਨੂੰ ਸੁਨਹਿਰਾ ਬਣਾਉਣ ਵਾਸਤੇ ਸਾਡੇ ਨਾਲ ਕੋਈ ਉਦਦਮ ਕਰਨਗੇ ਜਾਂ ਸਾਡੀ ਮੰਗ ਨੂੰ ਮੰਨਣਗੇ ਅਸੀਂ ਇਹ ਮੰਨਦੇ ਹਾਂ ਕਿ ਸਾਡਾ ਡਿਪਾਰਟਮੈਂਟ ਵੀ ਸਾਡੇ ਵਾਸਤੇ ਕੋਈ ਜੋ ਕਦਮ ਨਹੀਂ ਚੁੱਕ ਰਿਹਾ ਤੁਸੀਂ ਫਿਰ ਜੀ ਹੜਤਾਲਾਂ ਵੀ ਕੀਤੀਆਂ ਗੀਆਂ ਭੰਡੀ ਪ੍ਰਚਾਰ ਵੀ ਕਰ ਚੁੱਕੇ ਹੋਗੇ ਪਰ ਸਰਕਾਰ ਨੇ ਅੱਜ ਤੱਕ ਕੋਈ ਅੱਗੇ ਕਦਮ ਨਹੀਂ ਚੁੱਕਿਆਗਾ ਤੇ ਅਗਲਾ ਪ੍ਰਦਰਸ਼ਨ ਤੁਹਾਡਾ ਕਿਸ ਤਰ੍ਹਾਂ ਦਾ ਹੋਗਾ ਅਗਲਾ ਤਾਂ ਇਹ ਲਾਸਟ ਹੀ ਰਹਿ ਗਿਆ ਵੀ ਇਹ ਹੋਣ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਅੱਜ ਦੀ ਮੀਟਿੰਗ ਅਸੀਂ ਵੇਟ ਕਰਦੇ ਸਾਰੇ ਪੰਜਾਬ 'ਚ ਅੱਜ ਦੀ ਮੀਟਿੰਗ ਤੇ ਪੂਰੀ ਨਿਗਾਹ ਹੈ ਵੀ ਅੱਜ ਦੇ ਮੀਟਿੰਗ ਸਾਧ ਮੰਤਰੀ ਕੁਸ਼ਨ ਕੁਛ ਸਾਨੂੰ ਦੇਖ ਕੇ ਜਾਣਗੇ ਜੇ ਉਹ ਨਹੀਂ ਦਿੰਦੇ ਤੇ ਕੁਝ ਨਹੀਂ ਹੁੰਦਾ ਤੇ ਫਿਰ ਇਹ ਵੀ ਇਹ ਵੀ ਇਸ ਤੋਂ ਬਾਅਦ ਜੇ ਉਹ ਹੜਤਾਲ ਰੱਖਣ ਦੀ ਵਾਰੀ ਅਕੱਲ ਲਈ ਉਹ ਹੀ ਨਹੀਂ ਕੀਤੀ ਹੈ ਸਾਡੇ ਡਿਪਾਰਟਮੈਂਟ ਨੇ ਤੇ ਉਹ ਹੜਤਾਲ ਵੀ ਰੱਖਣੀ ਪੈਣੀ ਸਾਨੂੰ ਹੁਣ ਜਿਵੇਂ ਕਮੇਟੀ ਬਣਾਈ ਗਈ ਸੀਗੀ ਵੀ ਇਹ ਕੱਚੇ ਕੰਮਿਆਂ ਨੂੰ ਦੇਖਦੇ ਹੋਇਆ ਕੋਈ ਪੱਕੇ ਕਰਾਂਗੇ ਉਹ ਕਮੇਟੀ ਨੇ ਹਜੇ ਅੱਜ ਤੱਕ ਤੱਕਦਾ ਨਹੀਂ ਕੋਈ ਫੈਸਲਾ ਨਹੀਂ ਆਇਆ ਉਹਨੂੰ ਡਿੱਗਦੇ ਤਾਂ ਅਸੀਂ ਬਹੁਤ ਸਾਲਟ ਪਾਦੇ ਜਦੋਂ ਅਸੀਂ ਮੀਟਿੰਗ ਕਰਦੇ ਟ੍ਰਾਂਸਪੋਰਟ ਮੰਤਰੀ ਨਾਲ ਜਾਂ ਸੈਕਟਰੀ ਸਾਹਿਬ ਨਾਲ ਉਹ ਕਹਿੰਦੇ ਸੀ ਵੀ ਸਾਡੇ ਬਸ ਚੇ ਨਹੀਂ ਤੁਹਾਨੂੰ ਪੱਕੇ ਕਰਨਾ ਇਹਨਾਂ ਕਮੇਟੀ ਬਾਰੇ ਉਹਨੇ ਤੁਹਾਨੂੰ ਪੱਕੇ ਕਰਨਾ ਪਿੱਛੇ ਜੇ ਜਦੋਂ ਅਸੀਂ ਦਬਾਅ ਆਇਆ ਵੀ ਇੱਕ ਦੋ ਡਿਪਾਰਟਮੈਂਟ ਜਿਹੜੇ ਪੱਕੇ ਕੀਤੇ ਸੀ ਉਹਨਾਂ ਬਾਰੇ ਪੁੱਛਿਆ ਵੀ ਇਹ ਕਿਵੇਂ ਹੋਇਆ ਹੈ ਜਿਵੇਂ ਪੀਡਬਲੂਲ ਦੇ ਕੀਤੇ ਹੈ ਜਾਂ ਬਿਜਲੀ ਡਿਪਾਰਟਮੈਂਟ ਦੇ ਬੰਦੇ ਵੀ ਕੀਤੇ ਪਟਿਆਲੇ ਅਸੀਂ ਉਹ ਕਾਪੀਆਂ ਰੱਖੀਆਂ ਕਢਾ ਕੇ ਵੀ ਇਹ ਬੰਦੇ ਕਿਵੇਂ ਕੀਤੇ ਗਏ ਹੈ ਤੇ ਫਿਰ ਮੰਤਰੀ ਜੀ ਇਸ ਗੱਲ ਤੇ ਆਏ ਸੀ ਵੀ ਅਸੀਂ ਤੁਹਾਡੀ ਸਪੈਸ਼ਲ ਫਾਈਲ ਬਣਾ ਕੇ ਭੇਜ ਰਹੇ ਹਾਂ ਮੁੱਖ ਮੰਤਰੀ ਕੋਲੇ ਵੀ ਅਸੀਂ ਸਪਾਸ ਕਰਦੇ ਵੀ ਸਾਡੇ ਬੰਦੇ ਵੀ ਪੱਕੇ ਕੀਤੇ ਜਾਂ ਜਿਨ੍ਹਾਂ ਨੇ ਇੰਨੀ ਡਿਊਟੀ ਕੀਤੀ ਹੈ ਕਿਉਂਕਿ ਜਿਹੜੇ ਉਹਨੇ ਸਾਥੀਆਂ ਦੱਸਿਆ ਵੀ ਨੰਦੇੜ ਸਾਹਿਬ ਜਿਹੜੇ ਸਾਥੀਆਂ ਲੈਣ ਗ ਹਾਲਾ ਕਹਿੰਦਾ 10000 ਤਨਖਾ ਜੀ ਕੁਝ ਹੋ ਗਿਆ ਸਾਡੇ ਬੱਚੇ ਤਾਂ ਲੁੱਟ ਜਾਣਗੇ ਕਿ ਸਰਕਾਰ ਨੇ ਸਾਹਮਣਾ ਨਹੀਂ ਤੇ ਉਸ ਤੋਂ ਬਾਅਦ ਅਸੀਂ ਕਿਹਾ ਵੀ ਨਹੀਂ ਯਾਰ ਸਾਡੇ ਲੋਕ ਉੱਤੇ ਫਸੇ ਐ ਸਾਡਾ ਆਪਦੇ ਪਰਿਵਾਰ ਐ ਅਸੀਂ ਉਹਨਾਂ ਦੀ ਸੇਵਾ ਕਰਨੀ ਆ ਪਸੇਵਾ ਵਾਸਤੇ ਜਾਣਾ ਫੇਰ ਸਾਰੇ ਪੰਜਾਬ ਚੋਂ 80 ਗੱਡੀਆਂ ਇੱਥੋਂ ਗਈਆਂ ਸੀ ਐਸਬੀਸੀ ਤੇ ਬੈਲਬੋ ਜਿਹੜੇ ਉਹਨਾਂ ਸੰਗਤ ਨੂੰ ਲੈਣ ਗਈਆਂ 4000 ਬੰਦਿਆਂ ਨੂੰ ਉੱਥੋਂ ਲੈ ਕੇ ਆਏ ਤੇ ਇੱਥੇ ਆਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਕਰੋਨਾ ਸਾਰਿਆਂ ਨੇ ਟੈਸਟ ਹੋਊਗਾ ਉਸ ਤੋਂ ਬਾਅਦ ਉਹਨਾਂ ਨੂੰ ਕੋਟਿਨ ਕੀਤਾ ਜਾਊਗਾ ਜਦੋਂ ਇਸ ਤਰ੍ਹਾਂ ਦੀ ਗੱਲ ਆਈ ਤਾਂ ਰੋੜਾ ਪੈ ਗਿਆ ਪੰਜਾਬ ਚ ਵੀ ਆਪਾਂ ਕੀ ਮੇ ਕਰਾਂਗੇ ਕਿ ਇਹ ਚੰਡੀਗੜ੍ਹ ਸੀਗਾ ਤੇ ਉਹਨੂੰ ਪਠਾਨਕੋਟ ਕੋਟਿੰਗ ਕਰਦੇ ਸੀ ਫਿਰ ਸਾਡੀ ਡਿਪਾਰਟਮੈਂਟ ਨਾਲ ਗੱਲਬਾਤ ਹੋਈ ਖੁਦ ਮੰਨੂ ਜਿਹੜਾ ਕੋਟਿੰਗ ਕੀਤਾ ਗਿਆ ਤੇ ਜਿਹੜੇ ਸੀ ਸਾਥੀ 84 ਸਾਥੀ ਸੀ ਉਹਨਾਂ ਦੇ ਵਿੱਚ ਹੀ ਸਾਡਾ ਬਿਸਤਰ ਲਾ ਰਿਆ ਸੀ 1 ਫੁੱਟ ਦੀ ਗੈਪ ਸੀ ਆ ਵਿੱਚ ਹੁਣ ਅਗਲੇ ਜਿਹੜਾ ਤੁਹਾਡਾ ਪ੍ਰਦਰਸ਼ਨ ਉਹ ਕੀ ਹੋਗਾ ਅਗਲਾ ਪ੍ਰਦਰਸ਼ਨ ਸਾਡਾ ਹੁਣ ਦੋ ਹੀ ਹੈ 19 ਤੇ 19 ਤੇ 20 ਨੂੰ ਤਾਂ ਅਸੀਂ ਕਰਾਂਗੇ ਮੰਤਰੀਆਂ ਦੇ ਅੱਗੇ ਧਰਨਾ ਦਿਨ ਰਾਤ ਦਾ ਪੱਕਾ ਹੀ ਉਹ ਤੇ ਘੇਰ ਕੇ ਬੈਠਾਂਗੇ ਉਹਨਾਂ ਨੂੰ ਵੀ ਉਹਨਾਂ ਨੂੰ ਪੁੱਛਾਂਗੇ ਸਾਡਾ ਦੱਸੋ ਕੀ ਕਰਨਾ ਨੰਬਰ 2 ਤੇ ਜੇ ਉਤੋਂ ਵੀ ਕੋਈ ਸੁਣਵਾਈ ਨਹੀਂ ਹੋਈ ਤਾਂ 29 28 29 30 29 ਨੂੰ ਅਸੀਂ ਜਾਵਾਂ ਕੈਪਟਨ ਸਾਹਿਬ ਮੋਤੀਮਲ ਏਕੇ ਬੈਠਾਂਗੇ ਵੀ ਉਹਨਾਂ ਤੋਂ ਪੁੱਛਿਆ ਕੈਪਟਨ ਸਾਹਿਬ ਤੁਸੀਂ ਸਾਡਾ ਦੱਸੋ ਕੀ ਕਰਨਾ ਹੈ ਕਿਉਂਕਿ ਅਸੀਂ ਪੰਜਾਬ ਦੇ ਵਸਨੀਕ ਅਸੀਂ ਕੋਈ ਬਾਹਰੋਂ ਨਹੀਂ ਆਏ ਤੁਸੀਂ ਸਾਡੀ ਮੰਗਾ ਮੰਨੀਆਂ ਜਾਂ ਨਹੀਂ ਮੰਨੀਆਂ ਜੇ ਨਹੀਂ ਮੰਨੀਆਂ ਤੇ ਵੀ ਡਿਪਾਰਟਮੈਂਟ ਕਿਉਂ ਚਲਾਉਂਦੇ ਆ ਕਿਉਂਕਿ ਕਿਸੇ ਲੋਕਾਂ ਦੀ ਜਿੰਦਗੀ ਇਹ ਹੈ ਹਰ ਇੱਕ ਵਾਰੀ ਇਹ ਗੱਲ ਕਹਿੰਦੇ ਆ ਵੀ ਅਸੀਂ ਤੁਹਾਨੂੰ ਪੱਕੇ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਔਰ ਸੋਰਸਿੰਗ ਦੇ ਆ ਕੰਟੈਕਟ ਦੇ ਆ ਉਸ ਤਰ੍ਹਾਂ ਭਰਤੀ ਹੋਈ ਹੂੰ ਤੁਸੀਂ ਪ੍ਰੋਪਰ ਚੈਨਲ ਵਰਤੀ ਨਹੀਂ ਸਾਡੇ ਕੋਲੇ ਸਾਡੇ ਅਫਸਰਾਂ ਦੇ ਸਾਈਨ ਕੀਤੇ ਹੈ ਲੈਟਰ ਪਏ ਜਿਨ੍ਹਾਂ ਨੇ ਟੈਸਟ ਲਿਆ ਸਾਰਾ ਪ੍ਰੋਸੀਜਰ ਪੂਰਾ ਕੀਤਾ ਕੰਪਲੀਟ ਉਸ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਸੀ ਪੱਕੇ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਤੇ ਅਸੀਂ ਇਹੀ ਪੁੱਛਣਾ ਚਾਹੁੰਦੇ ਹਾਂ ਸਰਕਾਰ ਤੋਂ ਜੀ ਵੀ ਤੁਸੀਂ ਕਿਉਂ ਨਹੀਂ ਪੱਕੇ ਕਰ ਸਕਦੇ ਇਹ ਕਾਨੂੰਨ ਬਣਾਇਆ ਕਿੰਨੇ ਸਰਕਾਰ ਨੇ ਬਣਾਇਆ ਸੀ ਤਾਂ ਬਣਾਇਆ ਨਹੀਂ ਇਹ ਸਨ ਪੀਆਰਟੀਸੀ ਦੇ ਕੱਚੇ ਕੰਮ ਹੈ ਜਿਨ੍ਹਾਂ ਦਾ ਕਹਿਣਾ ਕਿ ਸਰਕਾਰ ਜੇ ਨੌਕਰੀਆਂ ਦਿੰਦੀ ਹੈ ਤਾਂ ਆਪਾਂ ਨੂੰ ਦਿੰਦੀ ਹੈ ਐਮਐਲਏ ਦੇ ਪੁੱਤਾਂ ਨੂੰ ਦਿੰਦੀ ਹੈ ਕਿ ਜਬ ਵਿਧਾਇਕਾਂ ਦੇ ਪੁੱਤਾਂ ਨੂੰ ਹੁੰਦੀ ਹੈ ਸਾਨੂੰ ਕੌਣ ਪੁੱਛਦਾ ਹੈਗਾ 5 ਸਾਲ ਇਹ ਸਰਕਾਰ ਦੇ ਵੀ ਪੂਰੇ ਹੋਣ ਜਾ ਰਿਹਾ ਹੈ ਤੇ ਉਸ ਤੋਂ ਪਹਿਲਾਂ ਕੱਲ ਹੀ ਸਰਕਾਰ ਵੀ ਚਲੀ ਗਈ ਹੈ ਔਰ ਸਾਨੂੰ ਕਿਸੇ ਨੇ ਪੱਕਾ ਨਹੀਂ ਕੀਤਾ ਅਤੇ ਹੁਣ ਅਸੀਂ ਇਹਨਾਂ ਮੰਤਰੀਆਂ ਦੇ ਤੇ ਜਾਂ ਜਿਹੜੇ ਕਮੇਟੀ ਬਣਿਆ ਉਹਨਾਂ ਮੰਤਰੀਆਂ ਦੀਆਂ ਕੁੱਟੀਆਂ ਮੂਰੇ ਧਰਨੇ ਦੇਵਾਂਗੇ ਅਤੇ ਮੋਤੀ ਮਹਿਲ ਦਾ ਘਰਾਓ ਵੀ ਕਰਾਂਗੇ ਬਠਿੰਡਾ ਤੋਂ ਅਜੀਤ ਟੀਵੀ ਲਈ ਨਰਵਿੰਗ ਸਿੰਘ ਸਿੱਧੂ ਦੀ ਰਿਪੋਰਟ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ